ਈਵਨ ਕਿ ਇੱਥੇ ਹਸਪੀਟਲ ਦੇ ਅੰਦਰ ਆ ਕੇ ਕਾਫੀ ਗਾਲੀ ਗਲੋਚ ਕੀਤਾ ਤੇ ਹੱਥਾਪਾਈ ਕਰਨ ਦੀ ਕੋਸ਼ਿਸ਼ ਕਰਨ ਦੇ ਸਾਡੇ ਹੈਲਪਰ ਨੂੰ ਵੀ ਉਹਨਾਂ ਨੇ ਥੱਪੜ ਲਗਾਏ ਨੇ ਤੇ ਅੱਜ ਉਹਨਾਂ ਨੇ ਆ ਕੇ ਕਾਫੀ ਇੱਥੇ ਤਮਾਸ਼ਾ ਕੀਤਾ ਹੈ ਸਾਰੀ ਗਲੀ ਚ ਉਹਨਾਂ ਨੇ ਕਾਫੀ ਲੋਕਾਂ ਨੂੰ ਪੇਸ਼ੈਂਟ ਨੂੰ ਵੀ ਮਿਸਗਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜੇ ਲੜਕੇ ਸੀ 15-20 ਲੜਕੇ ਤੇ ਹਸਪੀਟਲ ਦੇ ਅੰਦਰ ਆ ਕੇ ਧਮਕੀਆਂ ਦੇਣ ਦੇ ਸੀ ਅੱਜ ਸਰ ਕਾਫੀ ਜਾਣੇ ਆਏ ਸੀ 40-50 ਜਾਣੇ ਸੀ ਬਹੁਤ ਜ਼ਿਆਦਾ ਮਤਲਬ ਉੱਚੀ ਉੱਚੀ ਇੱਥੇ ਬੋਲ ਰਹੇ ਸੀ ਆ ਕੇ ਪਹਿਲਾਂ ਉਹਨਾਂ ਨੇ ਰਿਸੈਪਸ਼ਨ ਤੇ ਗੱਲ ਕੀਤੀ ਉਹਨਾਂ ਨੇ ਉਹਨਾਂ ਤੋਂ ਪੁੱਛਿਆ ਕਿ ਡਾਕਟਰ ਸਾਹਿਬ ਹੈ ਜਾਂ ਨਹੀਂ ਫਿਰ ਇੱਥੇ ਹੈਲਪਰ ਸੀ ਇੱਕ ਉਹਦੇ ਥੱਪੜ ਵਗੈਰਾ ਮਾਰੇ ਨੇ ਮਤਲਬ ਗਲਤ ਬਿਹੇਵ ਕੀਤਾ ਉਹਦੇ ਨਾਲ ਨੀਅਰ ਅਬਾਊਟ 40-50 ਬੰਦੇ ਆਏ ਆ ਬਦਤਮੀਜ਼ੀ ਨਾਲ ਕਾਫੀ ਬੋਲਦੇ ਪਏ ਸਾਡੇ ਸਟਾਫ ਨਾਲ ਵੀ ਕਾਫੀ ਬਦਤਮੀਜ਼ੀ ਨਾਲ ਆ ਕੇ ਬੋਲੇ ਤੇ ਸਾਡਾ ਹੈਲਪਰ ਸੀ ਉਹਨਾਂ ਨੇ ਥੱਪੜ ਵੀ ਲਗਾਇਆ ਉਹਨਾਂ ਨੇ ਆ ਕੇ ਗੁੰਡਾਗਰਦੀ ਦੀ ਤਸਵੀਰ ਅੱਜ ਅੰਮ੍ਰਿਤਸਰ ਦੇ ਜਿਹੜੇ ਸੁੰਦਰ ਨਗਰ ਤੋਂ ਸਾਹਮਣੇ ਆਉਂਦੀ ਹੈ ਇੱਕ ਨਿੱਜੀ ਹਸਪੀਟਲ ਦੇ ਵਿੱਚ ਕੁਝ ਵਿਅਕਤੀਆਂ ਵੱਲੋਂ ਆ ਕੇ ਜਿਹੜਾ ਇੱਥੋਂ ਦੇ ਸਟਾਫ ਮੈਂਬਰਸ ਨੇ ਉਹਨਾਂ ਦੇ ਨਾਲ ਵਾਧੂ ਘਾਟੂ ਬੋਲਿਆ ਜਾਂਦਾ ਸਾਡੇ ਨਾਲ ਉਹ ਮੈਂਬਰਸ ਮੌਜੂਦ ਨੇ ਗੱਲ ਕਰਾਂਗੇ ਜੀ ਮੈਮ ਕੀ ਹੁੰਦਾ ਕੌਣ ਲੋਕ ਆਉਂਦੇ ਨੇ ਤੁਹਾਡੇ ਇੱਥੇ ਤੇ ਕੀ ਕਹਿ ਕੇ ਜਾਂਦੇ ਨੇ ਸਰ ਅੱਜ ਸ਼ਾਮ ਨੂੰ ਤਕਰੀਬਨ 6:30 ਦੇ ਵਿੱਚ ਇੱਕ ਲੜਕਾ ਆਇਆ ਸੀ ਉਹਨੇ ਕਿਹਾ ਸੀ ਕਿ ਮੈਂ ਡਾਕਟਰ ਗੌਰਵ ਨੂੰ ਆਪਣਾ ਪੇਸ਼ੈਂਟ ਦਿਖਾਣਾ ਤੇ ਮੈਂ ਸਟਾਫ ਨੇ ਕਿਹਾ ਕਿ ਡਾਕਟਰ ਗੌਰਵ ਇੱਥੇ ਹੈਗੇ ਨੇ ਤੇ ਮੈਂ ਆਪਣਾ ਪੇਸ਼ੈਂਟ ਬੁਲਾ ਲਾਂ ਤੇ ਉਹਨੇ ਆਪਣਾ ਪੇਸ਼ੈਂਟ ਨੂੰ ਫੋਨ ਕੀਤਾ ਥੋੜੀ ਦੇਰ ਬਾਅਦ ਉਹ ਤਕਰੀਬਨ 15-20 ਮਿੰਟ ਬਾਅਦ ਬੰਦੇ ਲੈ ਕੇ ਆ ਗਿਆ ਹਸਪੀਟਲ ਦੇ ਅੰਦਰ ਐਂਟਰ ਹੋ ਗਿਆ ਤੇ ਉਹਨੇ ਬਾਹਰ ਗਲੀ ਵਿੱਚ ਕਾਫੀ ਗਾਲੀ ਗਲੋਚ ਕੀਤੀ ਹੈ ਤੇ ਸਾਡੇ ਡਾਕਟਰ ਕੁਮਾਰ ਤੇ ਉਹਨਾਂ ਦੀ ਮਿਸਿਜ਼ ਨੂੰ ਕਾਫੀ ਕੁਝ ਬੋਲੇ ਨੇ ਤੇ ਸਾਡੇ ਈਵਨ ਕਿ ਇੱਥੇ ਹਸਪੀਟਲ ਦੇ ਅੰਦਰ ਆ ਕੇ ਕਾਫੀ ਗਾਲੀ ਗਲੋਚ ਕੀਤਾ ਤੇ ਹੱਥਾਪਾਈ ਕਰਨ ਦੀ ਕੋਸ਼ਿਸ਼ ਕਰਨ ਦੇ ਸਾਡੇ ਹੈਲਪਰ ਨੂੰ ਵੀ ਉਹਨਾਂ ਨੇ ਥੱਪੜ ਲਗਾਏ ਨੇ ਤੇ ਕਹਿ ਰਹੇ ਨੇ ਸੀ ਕਿ ਆਪਾਂ ਜੇ ਤੁਸੀਂ ਡਾਕਟਰ ਗੌਰਵ ਨੂੰ ਸਾਡੇ ਸਾਹਮਣੇ ਪੇਸ਼ ਨਹੀਂ ਕਰਨਾ ਤੇ ਆਪਾਂ ਉਹਨਾਂ ਨੂੰ ਉਹਨਾਂ ਦੇ ਸਟਾਫ ਨੂੰ ਇਦਾਂ ਧਮਕੀਆਂ ਦੇ ਰਹੇ ਸੀ ਕਿ ਉਹਨਾਂ ਨੂੰ ਵੀ ਮਾਰਾਂਗੇ ਤੇ ਇੱਦਾਂ ਕਰਕੇ ਉਹਨਾਂ ਨੇ ਗਾਲੀ ਗਲੋਚ ਕੀਤਾ ਕਿਉਂਕਿ ਪੇਸ਼ੈਂਟ ਦਾ ਉਹਨਾਂ ਦਾ ਮਸਲਾ ਇਹ ਸੀ ਕਿ ਉਹਨਾਂ ਦੇ ਪੇਸ਼ੈਂਟ ਦੇ ਨਾਲ ਬਦਤਮੀਜ਼ੀ ਹੋਈ ਹੈ ਜਦਕਿ ਇੱਦਾਂ ਦਾ ਕੁਝ ਵੀ ਨਹੀਂ ਸੀ ਮੈਂ ਡਾਕਟਰ ਗੌਰਵ ਨਾਲ 8 ਸਾਲ ਤੋਂ ਇਸ ਲਾਈਨ 'ਚ ਕੰਮ ਕਰ ਰਹੀ ਹਾਂ ਤੇ ਮੇਰੇ ਐਕਸਪੀਰੀਅੰਸ 'ਚ ਇਸ ਤਰ੍ਹਾਂ ਦਾ ਕਦੀ ਵੀ ਕਿਸੇ ਪੇਸ਼ੈਂਟ ਨੇ ਇੱਦਾਂ ਦਾ ਕੁਝ ਨਹੀਂ ਬੋਲਿਆ ਜੇ ਅਗਰ ਉਹਨਾਂ ਨੂੰ ਜ਼ਿਆਦਾ ਹੀ ਡਾਊਟ ਹੁੰਦਾ ਤਾਂ ਉਹ ਜਿਹੜੇ ਹਸਪੀਟਲ ਕੰਮ ਕਰਦੇ ਨੇ ਉੱਥੇ ਜਾ ਕੇ ਵੀ ਪੁੱਛ ਸਕਦੇ ਉਹਨਾਂ ਦੇ ਕਿ ਉਹਨਾਂ ਦਾ ਕਿੱਦਾਂ ਦਾ ਨੇਚਰ ਕਿੱਦਾਂ ਦਾ ਹੈਗਾ ਕਿੱਦਾਂ ਦੇ ਨਹੀਂ ਹੈਗੇ ਉਹ ਪਰ ਮੇਰੇ ਲਈ ਤਾਂ ਡਾਕਟਰ ਬੈਸਟ ਨੇ ਉਹਨਾਂ ਨੇ ਕਦੀ ਵੀ ਕਿਸੇ ਪੇਸ਼ੈਂਟ ਨਾਲ ਇਸ ਤਰ੍ਹਾਂ ਦਾ ਨਹੀਂ ਕੀਤਾ ਹੈ ਕੋਈ ਬਦਤਮੀਜ਼ੀ ਨਹੀਂ ਕੀਤੀ ਹੈ ਤੇ ਅੱਜ ਉਹਨਾਂ ਨੇ ਆ ਕੇ ਕਾਫੀ ਇੱਥੇ ਤਮਾਸ਼ਾ ਕੀਤਾ ਹੈ ਸਾਰੀ ਗਲੀ 'ਚ ਉਹਨਾਂ ਨੇ ਕਾਫੀ ਲੋਕਾਂ ਨੂੰ ਪੇਸ਼ੈਂਟ ਨੂੰ ਵੀ ਮਿਸਗਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜੇ ਲੜਕੇ ਸੀ 15-20 ਲੜਕੇ ਤੇ ਹਸਪੀਟਲ ਦੇ ਅੰਦਰ ਆ ਕੇ ਧਮਕੀਆਂ ਦੇਣ ਦੇ ਸੀ ਹੱਥਾਪਾਈ ਕਰਨ ਦੇ ਸੀ ਤੇ ਕਾਫੀ ਮੁਸ਼ਕਲ ਨਾਲ ਅਸੀਂ ਉਹਨਾਂ ਨੂੰ ਫੇਸ ਕੀਤਾ ਤੇ ਜਦੋਂ ਪੇਸ਼ੈਂਟ ਸਾਡੇ ਕੋਲ ਓਪੀਡੀ ਵਿੱਚ ਆਇਆ ਸੀ ਸਾਡਾ ਉਸ ਟਾਈਮ ਦਾ ਸਟਾਫ ਵੀ ਇੱਥੇ ਮੌਜੂਦ ਹੈ ਉਹਨਾਂ ਨੂੰ ਸਾਰੀ ਇਸ ਟਾਈਮ ਦੀ ਸਾਰੀ ਜੋ ਵੀ ਗੱਲਬਾਤ ਹੋਈ ਸਾਰਾ ਕੁਝ ਉਹਨਾਂ ਨੂੰ ਪਤਾ ਹੈ ਸਾਡੇ ਡਾਕਟਰ ਦੀਪਕ ਪ੍ਰੈਜੈਂਟ ਸੀ ਸਾਡੇ ਸਟਾਫ ਸੀ ਇਹ ਦੋ ਸਾਹਿਬ ਜਿਹੜੇ ਇੱਕ ਐਮਰਜੈਂਸੀ 24 ਆਵਰਸ ਰਹਿੰਦੀ ਹੈ ਲੜਕੀ ਹੈ ਔਰ ਜਿਹੜੇ ਡਾਕਟਰ ਸਾਹਿਬ ਨਾਲ ਓਪੀਡੀ ਕਰਵਾਉਂਦੀ ਹੈ ਵੀ ਲੜਕੀ ਸਰ ਨਾਲ ਪ੍ਰੈਜੈਂਟ ਸੀ ਬਾਕੀ ਅੱਗੇ ਦੀ ਸਾਰੀ ਗੱਲਬਾਤ ਸਾਰੀ ਇਹਨਾਂ ਨੂੰ ਪਤਾ ਹੈ ਇਹਨਾਂ ਨੂੰ ਪੁੱਛ ਸਕਦੇ ਹੋ ਕਿ ਪੇਸ਼ੈਂਟ ਦੇ ਨਾਲ ਕੀ ਕੀ ਹੋਇਆ ਜੀ ਬਿਲਕੁਲ ਨਾਲ ਸਾਡੇ ਜੋ ਡਾਕਟਰ ਸਾਹਿਬ ਨੇ ਵੀ ਮੌਜੂਦ ਨੇ ਕੀ ਹੋਇਆ ਜੀ ਕੀ ਕਹਿੰਦੇ ਸੀ ਉਹ ਲੜਕੇ ਆਏ ਆ ਕਿਉਂ ਮਤਲਬ ਕੁੱਟਮਾਰ ਕਿਉਂ ਕੀਤੀ ਉਹਨਾਂ ਨੇ ਸਰ ਇੱਕ ਲੇਡੀ ਪੇਸ਼ੈਂਟ ਆਈ ਕਹਿ ਰਹੀ ਸੀ ਕਿ ਮੈਨੂੰ ਬਹੁਤ ਜ਼ਿਆਦਾ ਘਬਰਾਹਟ ਹੋ ਰਹੀ ਹੈ ਮੇਰੇ ਦਰਦ ਹੋ ਰਹੀ ਹੈ ਛਾਤੀ ਚ ਜਾਂ ਅੱਧਾ ਹਨਾ ਮਤਲਬ ਬਹੁਤ ਜ਼ਿਆਦਾ ਘਬਰਾਈ ਹੋਈ ਸੀ ਬਹੁਤ ਜ਼ਿਆਦਾ ਤੇ ਆ ਕੇ ਸਿੱਧਾ ਉਹਨੂੰ ਆਪਾਂ ਰੂਮ 'ਚ ਲਟਾਤਾ ਹੈ ਕਿ ਉਹ ਥੋੜਾ ਕੰਫਰਟੇਬਲ ਫੀਲ ਕਰੇ ਉਸ ਤੋਂ ਬਾਅਦ ਜੋ ਨੋਰਮਲ ਪ੍ਰੋਸੀਜਰ ਹੈ ਸਾਡਾ ਅਸੀਂ ਵਾਈਟਲਸ ਵਗੈਰਾ ਕਰਦੇ ਪੇਸ਼ੈਂਟ ਦੇ ਵਾਈਟਲਸ ਵਗੈਰਾ ਕੀਤੇ ਨੇ ਪ੍ਰੋਪਰ ਸਾਰਾ ਕੁਝ ਕੀਤਾ ਤੇ ਉਸ ਤੋਂ ਬਾਅਦ ਉਹਨੇ ਥੋੜੀ ਦੇਰ ਬਾਅਦ ਜਦੋਂ ਸਟੇਬਲ ਹੋਈ ਉਸਨੇ ਖੁਦ ਆਪਣੇ ਮੂੰਹ ਬੋਲ ਕੇ ਕਿਹਾ ਕਿ ਮੈਨੂੰ ORS ਚਾਹੀਦਾ ਹੈ ਤੁਸੀਂ ਮੈਨੂੰ ਉਹ ਦਿਓ ਮੈਨੂੰ ਵਧੀਆ ਲੱਗੇਗਾ ਅਸੀਂ ਦਿੱਤਾ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਅਗਲੇ ਦਿਨ ਉਹ ਆਉਂਦੇ ਨੇ ਸ਼ਾਮੀ ਤੇ ਇੱਥੇ ਆ ਕੇ ਕਾਫੀ ਰੋਲਾ ਪਾ ਕੇ ਗਏ ਕਿ ਤੁਸੀਂ ਡਾਕਟਰ ਸਾਹਿਬ ਨੇ ਸਾਡੀ ਜਿਹੜੀ ਪੇਸ਼ੈਂਟ ਹੈ ਇਹਨਾਂ ਨਾਲ ਬਦਤਮੀਜ਼ੀ ਕੀਤੀ ਹੈ ਇੱਦਾਂ ਕੀਤਾ ਸਰ ਇੱਕ ਸਵਾਲ ਹੈ ਜੇ ਉਹਨੂੰ ਲੱਗਦਾ ਸੀ ਕਿ ਮੇਰੇ ਨਾਲ ਬਦਤਮੀਜ਼ੀ ਹੋਈ ਹੈ ਜੇ ਉਹ ਮੂੰਹ ਬੋਲ ਕੇ ORS ਬਾਰੇ ਦੱਸ ਸਕਦੀ ਹੈ ਤੇ ਇਹ ਵੀ ਦੱਸ ਸਕਦੀ ਨਾ ਕਿ ਡਾਕਟਰ ਸਾਹਿਬ ਨੇ ਬਦਤਮੀਜ਼ੀ ਕੀਤੀ ਹੈ ਇਦਾਂ ਜਦਕਿ ਕੁਝ ਹੋਇਆ ਨਹੀਂ ਮੈਂ ਉੱਥੇ ਹੀ ਸੀ ਸਾਰਾ ਟਾਈਮ ਮੈਂ ਸਰ ਦੇ ਨਾਲ ਸੀ ਇਦਾਂ ਦਾ ਕੁਝ ਵੀ ਨਹੀਂ ਆਇਆ ਹੁਣ ਇਹ ਸਾਨੂੰ ਪਤਾ ਨਹੀਂ ਕਿ ਉਹ ਇਹ ਸਭ ਗੱਲ ਕਿਉਂ ਕਰ ਰਹੇ ਨੇ ਇਦਾਂ ਦਾ ਮਾਮਲਾ ਕਿਉਂ ਬਣਾ ਉੱਥੇ ਜਦੋਂ ਲੜਕੇ ਆਉਂਦੇ ਨੇ ਉਹਨਾਂ ਵੱਲੋਂ ਕੀ ਕਿਹਾ ਜਾਂਦਾ ਕਿ ਆਂਦੇ ਇੱਕੋ ਦਮ ਮਤਲਬ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਉਹਨਾਂ ਵੱਲੋਂ ਨਾਲ ਉਹਨਾਂ ਦਾ ਕੌਣ ਕੌਣ ਸੀਗਾ ਅੱਜ ਸਰ ਕਾਫੀ ਜਾਣੇ ਆਏ ਸੀ 40-50 ਜਾਣੇ ਸੀ ਬਹੁਤ ਜ਼ਿਆਦਾ ਮਤਲਬ ਉੱਚੀ ਉੱਚੀ ਇੱਥੇ ਬੋਲ ਰਹੇ ਸੀ ਆ ਕੇ ਪਹਿਲਾਂ ਉਹਨਾਂ ਨੇ ਰਿਸੈਪਸ਼ਨ ਤੇ ਗੱਲ ਕੀਤੀ ਉਹਨਾਂ ਨੇ ਉਹਨਾਂ ਤੋਂ ਪੁੱਛਿਆ ਕਿ ਡਾਕਟਰ ਸਾਹਿਬ ਹੈ ਜਾਂ ਨਹੀਂ ਫਿਰ ਇੱਥੇ ਹੈਲਪਰ ਸੀ ਇੱਕ ਉਹਦੇ ਥੱਪੜ ਵਗੈਰਾ ਮਾਰੇ ਨੇ ਮਤਲਬ ਗਲਤ ਬਿਹੇਵ ਕੀਤਾ ਉਹਦੇ ਨਾਲ ਔਰ ਉਸ ਤੋਂ ਬਾਅਦ ਸਰ ਕਾਫੀ ਜਾਣੇ 40-50 ਜਾਣੇ ਆ ਕੇ ਇੱਥੇ ਬਹੁਤ ਉੱਚੀ ਉੱਚੀ ਰੋਲਾ ਪਾ ਰਹੇ ਸੀ ਸਾਰੇ ਔਰ ਕਹਿ ਰਹੇ ਸੀ ਕਿ ਜੇ ਤੁਹਾਡੇ ਨਾਲ ਇੱਦਾਂ ਹੋਵੇ ਜਾਂ ਤੁਹਾਡੇ ਨਾਲ ਇੱਦਾਂ ਮਤਲਬ ਧਮਕੀਆਂ ਹੀ ਦੇ ਰਹੇ ਸੀ ਇੱਕ ਤਰ੍ਹਾਂ ਸਾਨੂੰ ਪੁਲਿਸ ਕੰਪਲੇਂਟ ਨਹੀਂ ਕੀਤੀ ਕਿ ਹਜੇ ਤੱਕ ਪੁਲਿਸ ਦੀ ਨੌਲੇਜ 'ਚ ਲਿਆਂਦਾ ਗਿਆ ਮੈਟਰ ਸਾਰਾ ਹਾਂਜੀ ਸਰ ਜਿਸ ਦਿਨ ਉਸ ਤੋਂ ਅਗਲੇ ਦਿਨ ਜੋ ਹੋਇਆ ਸੀ 2-3 ਨੂੰ ਪੇਸ਼ੈਂਟ ਆਇਆ ਸੀ ਮੈਂ ਵੀ ਡਿਊਟੀ 'ਤੇ ਹੁੰਦਾ ਨਾਈਟ ਡਿਊਟੀ 'ਤੇ ਹੁੰਦਾ ਮੈਂ ਉਸ ਦਿਨ ਪੇਸ਼ੈਂਟ ਆਇਆ ਐਂਜਾਇਟੀ ਅਟੈਕ ਨਾਲ ਆਇਆ ਸੀ ਪੇਸ਼ੈਂਟ ਕਿ ਉਹਦੇ ਦਿਲ ਦੀ ਧੜਕਣ ਵਧੀ ਹੋਈ ਮੈਨੂੰ ਪੇਨ ਹੋਣ ਡੀ ਹੈ ਮੈਂ ਆਪ ਖੁਦ ਚੈੱਕ ਕਰਨ ਗਿਆ ਉਸ ਤੋਂ ਬਾਅਦ ਉਹਨਾਂ ਦੀ ਹਾਰਟ
उस तो अगले दिन शामी 6 बजे वो आए आ रोला रप्पा कर लग पे कि हाँ जी साढ़े पेशेंट ने मिसबिहेव किया कि इस तरह होया कि इस तरह होया वा तो सर ने जिस तरह ही पता लगे कि यह गल हुई है तो अपनी वास्ते उन्होंने कंप्लेन करती है बोलते बच्चे बिल्कुल जदों वो व्यक्ति आते हैं तो ताडे वालों उन्होंने कोई गलबात की जाती या उन्होंने कुछ कहा जाता कि साढ़े बह के गल कर लो कि आँदी बदतमीजी शुरू करती या ताडे वालों कोई कंप्लेन दी पुलिस नूं। हाँ जी साडे वालों डॉक्टर गौरव ने कंप्लेट दी सी उस दिन ही अगले दिन जिदन आए सी उस दिन ही कंप्लेट दे आए सी ठीक है थाने हले भी पिक वगैरह भी होएगी उहदी ठीक है अज आए आ सारे नाल नियर अबाउट 40-50 बंदे आए आ बदतमीजी नाल काफी बोलते पे साडे स्टाफ नाल भी काफी बदतमीजी नाल आके बोले आ ते साडा हैल्पर सी उहनां ने थप्पड़ भी लगाया उहनां ने आके ठीक है आके बोली गया जा रहा कि डॉक्टर गौरव नूं बुलाया क्योंकि डॉक्टर गौरव है नहीं आपां मिला नहीं सकदे ठीक है कह रहे डॉक्टर गौरव दा एड्रैस दो उहनूं एड्रैस दा पता नहीं क्योंकि डॉक्टर गौरव नाल आपां होस्पिटल जॉब करदे आ होस्पिटल मिलीदा आपां होस्पिटल चल जाते अपन उन्होंने निजी परिवार या निजी घर का नहीं पता अपन कितने कहते एड्रैस दे दो नहीं तो इतने भी कोई तुम्हें भी नुकसान होगा कोई हॉस्पिटल को नुकसान होगा सू तो एड्रैस का पता ही नहीं अं कि देते हैं पता ही नहीं इस चीज़ का तो वो बोली जा रहे हैं कि बुलाओ 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 यह होएगा वो होएगा इतने धरना ला देंगे ये कर देंगे जो व्यक्ति आते हैं कौन ने वो लोग कितों आए हैं कुछ पता कोई आइडेंटिटी उन्होंने पता कितों के लोग ने नहीं इदा की आइडेंटिटी तो सानू नहीं पता हैगी बट यह है कि कोई पुरानी इन्हों की हैगी गल कि इन्हों कह रहे थे इदा लेडी ने छेड़िया जो छेड़िया ना तो उस दिन ही गल करते ना पेशेंट जो पेशेंट ने छेड़िया किसी भी डॉक्टर डॉक्टर ने इदा की कोई चीज चीज की होंगी है तो तुम उस दिन ही दसते आके काफ़ी एक दिन बाद गल करते पे इस अंदर हूँ यह है कि तुम उस दिन दस देंगे गल आके अगले दिन आए अगले दिन नियर अबाउट ही 6-6:30 बजे आए कि कह रहे हैं कि अड्डे इदा लेडी ने बदतमीजी की हुई है ठीक है तुम उस टाइम भी दस सकता है लेडी बट पता नहीं हूं क्यों इदा कर रहे हैं आए हूं अज आए 4 दिन बाद अज आए अज आके सीधी बदतमीजी कर लग पे हेल्पर नड्डे ने थप्पड़ भी लगाया जो भी है साडे स्टाफ ना भी काफी बदतमीजी ने बोलिया गया कोई कंप्लेंट पुलिस नूं दित्ती ते नाल मेरी बेनती है कि जे कोई सीसीटीवी कोई हैगी है तुहाडे कोल जां ओह कोई जो दर्शक ने उन्होंने दिखाना चाहो कि वो जिहड़े लोग आए सीगे कि उन्होंने की हरकतां कीतियां। हाँ साडे तो सीसीटीवी कैमरा लगे हुए सीसीटीवी तुहानूं दवांगे जे सीसीटीवी निकल के कढ के दवांगे तुहानूं ते आपां कंप्लेंट भी कीती हुई है फुली आपां बदतमीजी करोगे इदा भी नहीं ना चंगा लगता ठगा जो आप रिपोर्ट करवाई सी रिपोर्ट से गा के थाने गल करो कि एस एच ओ करो कोई भी लीगली बंदा पाए करो अभी हॉस्पिटल आके हल्ला ना करा करो ना ज्यादा सिर्फ लड़के सीगे जां कोई होर भी कोई व्यक्ति नाल हैगा सीगा उन्हां दे नहीं उन्हां दे नाल मीडिया वाले भी आए सी उन्हां दे नाल लड़के भी आए सी नियर अबाउट 40-50 लड़के आए सी आने सीधा पुछा डॉट गौरव कितने डॉट गौरव नूं बुलाओ डॉट गौरव इत्थे सी इदां इदां करके बोली जा रहे सी बिल्कुल जिवें तुसीं देखिया कि इत्थों दे जो स्टाफ मैंबर नाल गल कीती आ ते जाण लैणे आ कि इह च पंजाब पुलिस दे अधिकारियां दा की कहना है पुलिस अधिकारियों तो पहला जिस व्यक्ति दे नाल जिस लड़के दे नाल कुटमार हुंदी है साडे नाल मौजूद आ गल करांगे की हुंदा जदों लड़के आउंदे ने तुहानूं की कहिंदे ने उह सर जी उह जिहड़े साडे गौरव वर्मा सर सीगे कुछ इन्हां दी पहले कोई अज तो हफ्ता कोई गलबात होई सीगी ते जिहदे विच आपां मौजूद नहीं सी उस टाइम होस्पिटल दे विच ते होस्पिटल दे विच मौजूद नहीं सी ते 40-50 बंदे आए ने आ के मैनूं कहिंदे गौरव सर कित्थे ने मैं कहा सर सानूं नहीं पता हैगा कित्थे हैगे ने कहिंदे तैनूं पता वा तूं इत्थे काम करदा वा मैं कहा सर जी आपां काम जरूर करदे आं आपां ते नौकर बंदे हैगे आं हैल्पर आं सानूं की पता ओह कित्थे हैगे ने बस इन्नी देर कहिण दी गल आ उहनां दे नाल जिहड़े बंदे सी उहनां ने मेरे 2-4 चपेड़ां कढ मारियां मौके ते सानूं कहिंदे दस ते आपां कहा सानूं ते पता नहीं बाद चो फिर साडे कुमार सर ने उहनां नूं बहुत उल्टा सिद्धा बोले ने आ के कहिंदे तुसीं सानूं गौरव सर नूं मौजूद कर दो नहीं तां असीं इत्थे बहुत नुकसान करके जावांगे उन्हां ने कहा तुसीं बैठो ते सही गलबात ते करो कहिंदा तुहानूं मैं लगदा मैं इत्थे तुहाडे नाल गल करन आया वां पर इन्नी देर नूं उन्हां नाल उल्टा सिद्धा बोले कहिंदे जे तुसीं ना दित्ता उन्हां नूं साडे हवाले ते असीं मकी तुहाडे होस्पिटल दा नुकसान करांगे ते शीशे शूशे असीं तुहाडे भन देणे जे ते जिन्ने भी लोकी आए दे सी कईआं ने दातर कईआं ने पिस्टल लाए होए सी ते बाहर जा के फिर मैनूं धमकियां ला के गए ने कहिंदे जे तूं ना मतलब कि कहिंदा अंदर चल जा नहीं तो कल तो वेखी नहीं तो पुलिस के पटे तेनों भी चढ़नगे मैं कहा कोई नहीं साढ़े च जिगर है जे अं गलत काम किया है तो अं सह लाँगे पटे मैं कहा अं तो कोई गलत बंदे है नहीं अं तो नौकर बंदे हाँ सानू तो पता नहीं की होया कि नहीं होया तो तू आ के मेरे गल पै गए ने बस एह गलबात हुई है सर हथियार भी लगे हुए सर जी पिस्टल लगे दे दातर लगे दे किरच लगी हुई ही
ਤੇ ਬਾ ਆਂਦਿਆ ਮੇਰੇ ਮੈਨੂੰ ਕਹਿੰਦੇ ਕਿੱਥੇ ਨੇ ਮੈਂ ਕਿਹਾ ਮੈਨੂੰ ਤੇ ਪਤਾ ਨਹੀਂ ਬਾ ਦੋ ਚਾਰ ਬੰਦੇ ਹੀ ਉਹਨਾਂ ਨੇ ਮੇਰੇ ਚਪੇੜਾਂ ਕੱਢ ਮਾਰੀਆਂ ਵਿੱਚੋਂ ਜਿਵੇਂ ਤੁਸੀਂ ਦੇਖਿਆ ਇਸ ਨੌਜਵਾਨ ਵੱਲੋਂ ਕਿਹਾ ਗਿਆ ਕਿ ਉਹਨਾਂ ਲੜਕਿਆਂ ਵੱਲੋਂ ਆ ਕੇ ਜਿਹੜਾ ਕੁੱਟਮਾਰ ਕੀਤੀ ਗਈ ਆ ਤੇ ਤੁਸੀਂ ਵੇਖ ਸਕਦੇ ਹੋ ਇਸ ਨੌਜਵਾਨ ਦੇ ਉੱਤੇ ਜਿਹੜਾ ਆ ਜੋ ਕੁੱਟਮਾਰ ਹੁੰਦੀ ਆ ਤੇ ਇਹਨੂੰ ਹੀ ਥੱਪੜ ਵੱਜਦੇ ਨੇ ਹੁਣ ਜਾਣ ਲੈਂਦੇ ਇਸ ਵਿਸ਼ੇ ਦੇ ਵਿੱਚ ਪੰਜਾਬ ਪੁਲਿਸ ਦਾ ਇਹਦੇ ਵਿੱਚ ਕੀ ਕਹਿਣਾ ਜੀ ਬਿਲਕੁਲ ਜਿੱਦਾਂ ਤੁਸੀਂ ਦੇਖਿਆ ਕਿ ਪੰਜਾਬ ਪੁਲਿਸ ਨੇ ਕਿਹਾ ਕਿ ਜੋ ਬਣਦੀ ਕਾਰਵਾਈ ਆ ਉੱਥੇ ਕੀਤੀ ਜਾਏਗੀ ਤੇ ਜੋ ਵੀ ਇਨਸਾਫ਼ ਹੈ ਬਿਲਕੁਲ ਦਿੱਤਾ ਜਾਏਗਾ ਕੈਮਰਾਮੈਨ ਰਜਿੰਦਰ ਸਿੰਘ ਦੇ ਨਾਲ ਅਕਸ਼ਾ ਸੁਨਕ ਜਗਬਾਣੀ ਟੀਵੀ ਅੰਮ੍ਰਿਤਸਰ